ਟਰੱਕਾਂ ਦੀ ਹੜਤਾਲ ਨੂੰ ਲੈ ਕੇ ਹੁਣ ਹਰ ਸਾਈਡ ਤਰਾਹੀ ਮੱਚੀ ਹੋਈ ਹੈ। ਚੰਡੀਗੜ੍ਹ ਦੇ ਨਾਲ ਨਾਲ ਪੰਜਾਬ ਦੀ ਅਸੀਂ ਗੱਲ ਕਰ ਲਈਏ, ਹੋਰ ਥਾਂ ਦੀ ਗੱਲ ਕਰ ਲਈਏ, ਪੈਟਰੋਲ ਪੰਪ ਦੇ ਨਾਲ ਨਾਲ ਸਬਜ਼ੀਆਂ ਵੀ ਹੁਣ ਮਹਿੰਗੀ ਨਜ਼ਰ ਆ ਰਹੀ ਹੈ ਕਿਉਂਕਿ ਸਪਲਾਈ ਕਿਸੇ ਵੀ ਤਰ੍ਹਾਂ ਨਹੀਂ ਹੋ ਰਹੀ ਹੈ। ਚੰਡੀਗੜ੍ਹ ਦੇ ਪੈਟਰੋਲ ਪੰਪ 'ਤੇ ਅਸੀਂ ਮੌਜੂਦ ਹਾਂ, ਜਿੱਥੇ ਸਵੇਰ ਤੋਂ ਹੀ ਜਦ ਤੱਕ ਲੋਕਾਂ ਨੂੰ ਪਤਾ ਲੱਗਿਆ ਕਿ ਪੈਟਰੋਲ ਖਤਮ ਹੋ ਰਿਹਾ, ਡੀਜ਼ਲ ਖਤਮ ਹੋ ਰਿਹਾ ਕਿਉਂਕਿ ਸਪਲਾਈ ਨਾ ਹੋਣ ਕਾਰਨ ਹੁਣ ਕਈ ਜਿਹੜੇ ਪੈਟਰੋਲ ਪੰਪ ਹੈ ਉੱਥੇ ਸਪਲਾਈ ਖਤਮ ਹੋ ਚੁੱਕੀ ਹੈ। ਹਾਲਾਂਕਿ ਜਿਹੜੇ ਪੈਟਰੋਲ ਪੰਪ 'ਚ ਸਪਲਾਈ ਬਚੀ ਹੈ ਉੱਥੇ ਹੁਣ ਲਾਈਨਾਂ ਲੱਗੀ ਹੋਈ ਹੈ, ਲੰਬੀ ਲੰਬੀ ਲਾਈਨਾਂ ਇੱਥੇ ਲੱਗੀ ਹੋਈਆਂ, ਚਾਹੇ ਉਹ ਟੂ ਵੀਲਰਸ ਹੋਣ, ਫੋਰ ਵੀਲਰਸ ਹੋਣ, ਲੋਕਾਂ ਨੂੰ ਜਿੱਦਾਂ ਹੀ ਪਤਾ ਲੱਗ ਰਿਹਾ ਉਹ ਪੈਟਰੋਲ ਪਵਾਉਣ ਵੱਖ ਵੱਖ ਪੈਟਰੋਲ ਪੰਪਸ 'ਤੇ ਪਹੁੰਚ ਰਹੇ ਨੇ। ਚੰਡੀਗੜ੍ਹ ਦੀ ਇਹ ਤਸਵੀਰਾਂ ਨੇ, ਸੈਕਟਰ 7 ਦੀ ਤਸਵੀਰਾਂ ਨੇ, ਜਿੱਥੇ ਸਵੇਰ ਤੋਂ ਹੀ ਲੰਬੀ ਲੰਬੀ ਲਾਈਨਾਂ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਹਜੇ ਤੱਕ ਨਹੀਂ ਪਤਾ ਲੱਗ ਪਾਇਆ ਕਿ ਕਦ ਤੱਕ ਇਹ ਸਟ੍ਰਾਈਕ ਚੱਲਣੀ ਹੈ, ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਪਲਾਈ ਇੱਥੇ ਨਹੀਂ ਹੋ ਰਹੀ ਹੈ। ਇਸ ਕਰਕੇ ਲੋਕ ਆਪਣੀ ਗੱਡੀਆਂ ਹੁਣ ਭਰਵਾਉਂਦੇ ਨਜ਼ਰ ਆ ਰਹੇ, ਫੁੱਲ ਟੈਂਕੀ ਕਰਾਉਂਦੇ ਨਜ਼ਰ ਆ ਰਹੇ ਨੇ, ਔਰ ਪੂਰਾ ਇਹ ਜਾਮ ਲੱਗਿਆ ਹੋਇਆ, ਪੂਰੀ ਜਾਮ ਦੀ ਜਿਹੜੀ ਸਿਚੁਏਸ਼ਨ ਹੈ ਉਹ ਬਣੀ ਹੋਈ ਹੈ। ਚੰਡੀਗੜ੍ਹ ਦੇ ਵੱਖ ਵੱਖ ਪੈਟਰੋਲ ਪੰਪਸ 'ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈ ਉਹ ਬਣੀ ਹੋਈ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਪੂਰਾ ਲੰਬਾ ਲੰਬਾ ਜਾਮ, ਕਿਲੋਮੀਟਰ ਤੱਕ ਜਾਮ ਜਿਹੜਾ ਲੱਗਿਆ ਹੋਇਆ, ਜਿਸ ਕਰਕੇ ਲੋਕ ਪਹੁੰਚ ਰਹੇ ਨੇ ਆਪਣੇ ਘਰਾਂ ਤੋਂ, ਆਪਣੇ ਆਫਿਸ ਤੋਂ, ਇਹ ਪੂਰਾ ਜਾਮ ਕਰਕੇ ਇੱਥੇ। ਹਾਲਾਂਕਿ ਦੱਸਿਆ ਜਾ ਰਿਹਾ ਕਿ ਟੈਂਕ ਜਿਹੜੇ ਹੈ ਉਹ ਖਤਮ ਹੋ ਚੁੱਕੇ ਨੇ, ਪੈਟਰੋਲ ਵੀ ਖਤਮ ਹੋ ਚੁੱਕਿਆ। ਇਹ ਇੱਥੇ ਇਹਨਾਂ ਨੇ ਲਾ ਵੀ ਦਿੱਤਾ ਕਿ ਨੋ ਪੈਟਰੋਲ, ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਟਰੱਕ ਦੀ ਉਹ ਨਹੀਂ ਆ ਰਹੀ ਹੈ, ਇਸ ਕਰਕੇ ਨੋ ਪੈਟਰੋਲ। ਕਈ ਪੈਟਰੋਲ ਪੰਪਸ 'ਤੇ ਹੁਣ ਇਹ ਬੋਰਡ ਲੱਗ ਚੁੱਕਿਆ ਹੈ ਕਿ ਪੈਟਰੋਲ ਹੁਣ ਖਤਮ ਹੋ ਚੁੱਕਿਆ, ਯਾਨੀ ਕਿ ਕਹਿ ਸਕਦੇ ਹਾਂ ਕਿ ਹੁਣ ਜਿੰਨਾ ਵੀ ਪੈਟਰੋਲ ਜਾਂ ਡੀਜ਼ਲ ਬਚਿਆ ਹੋਇਆ ਉਹ ਲੋਕ ਹੁਣ ਪਵਾ ਰਹੇ, ਔਰ ਕਈ ਇਸ ਤਰ੍ਹਾਂ ਦੇ ਵੀ ਪੈਟਰੋਲ ਪੰਪ ਨੇ ਜਿੱਥੇ ਪੂਰਾ ਪੈਟਰੋਲ ਵੀ ਖਤਮ ਹੋ ਚੁੱਕਿਆ ਅਤੇ ਡੀਜ਼ਲ ਵੀ ਖਤਮ ਹੋ ਚੁੱਕਿਆ। ਕਾਰਨ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਸਪਲਾਈ ਨਹੀਂ ਆ ਰਹੀ ਹੈ, ਹੜਤਾਲ ਨੂੰ ਲੈ ਕੇ ਜਿਸ ਤਰ੍ਹਾਂ ਦੀ ਪ੍ਰੋਬਲਮਸ ਆ ਰਹੀ ਹੈ, ਕਿਉਂਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਤੋਂ ਹੀ, ਸੰਗਰੂਰ ਤੋਂ, ਹੋਰ ਵੀ ਜਿਹੜੇ ਪੰਜਾਬ ਦੇ ਜ਼ਿਲ੍ਹੇ ਉੱਥੋਂ ਇਹ ਪੂਰੀ ਸਪਲਾਈ ਹੁੰਦੀ ਹੈ, ਜਿਸ ਕਰਕੇ ਉੱਥੋਂ ਸਪਲਾਈ ਬਿਲਕੁਲ ਹੀ ਬੰਦ ਹੋ ਚੁੱਕੀ ਹੈ। ਔਰ ਕਾਰਨ ਇਹੀ ਹੈ ਕਿ ਪੈਟਰੋਲ ਪੰਪਸ ਖਾਲੀ ਹੋ ਨੇ, ਯਾਨੀ ਕਿ ਪੈਟਰੋਲ ਪੰਪ ਦੇ ਨਾਲ ਨਾਲ ਜਿਹੜੀ ਸਬਜ਼ੀ ਮੰਡੀ ਹੈ ਉੱਥੇ ਵੀ ਇਹੀ ਹਾਲ ਹੈ ਕਿ ਟਰੱਕ ਦੀ ਸਪਲਾਈ ਨਾ ਹੋਣ ਕਾਰਨ ਜਿਹੜੀ ਮੰਡੀਆਂ 'ਚ ਸਬਜ਼ੀਆਂ ਦੇ ਵਿੱਚ ਵੀ ਉਛਾਲ ਜ਼ਰੂਰ ਵੇਖਣ ਨੂੰ ਮਿਲ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਲੰਬਾ ਲੰਬਾ ਜਾਮ ਜ਼ਰੂਰ ਵੇਖਣ ਨੂੰ ਮਿਲ ਰਿਹਾ, ਔਰ ਜਿਹੜੀ ਸਿਚੁਏਸ਼ਨ ਹੁਣ ਬਣੀ ਹੋਈ ਹੈ ਕਿ ਯਾਨੀ ਕਿ ਇੱਥੇ ਵੀ ਕਹਿਣ ਦਾ ਮਤਲਬ ਇਹ ਜਿਹੜੇ ਪੈਟਰੋਲ ਪੰਪ ਦੇ ਇੱਥੇ ਮੈਨੇਜਮੈਂਟ ਹੈ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਇੱਥੇ ਵੀ ਦੁਪਹਿਰ ਤੱਕ ਦਾ ਹੀ ਪੈਟਰੋਲ ਬਚਿਆ ਹੋਇਆ। ਹਾਲਾਂਕਿ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਗੱਲਬਾਤ ਕਰਨ ਦੀ, ਜਿਹੜੇ ਮੈਨੇਜਮੈਂਟ ਦੇ ਨੇ, ਇੱਥੇ ਵੀ ਪੈਟਰੋਲ ਜਿਹੜਾ ਹੈ ਉਹ ਬਚਿਆ ਹੋਇਆ। ਕਿੰਨੀ ਦੇਰ ਦਾ ਪੈਟਰੋਲ ਬਚਿਆ ਹੋਇਆ? ਸਰ ਅਭੀ ਚਲ ਜਾਏਗਾ, ਦੋ ਘੰਟੇ ਕਰੀਬ, ਯਾਨੀ ਕਿ ਦੋ ਘੰਟੇ ਦਾ, ਸਿਰਫ ਦੋ ਘੰਟੇ, ਜੇ ਐਸੇ ਤੱਕ ਤਾਰ ਲੱਗੀ ਰਹੇਗੀ ਤਾਂ ਦੋ ਘੰਟੇ ਮਸਾ ਚਲੇ। ਅੱਛਾ, ਔਰ ਡੀਜ਼ਲ ਕਾ ਵੀ ਯਹੀ ਹੈ? ਡੀਜ਼ਲ ਕਾ ਵੀ ਹਾਲ ਹੋਣਾ, ਦੋਨੋਂ ਪੈਟਰੋਲ ਡੀਜ਼ਲ ਦੋਨੋਂ ਕਾ ਠੀਕ ਹੈ, ਬੜਾ ਬੁਰਾ ਹਾਲ ਹੈ ਜੀ। ਡੀਜ਼ਲ ਦੁਪਹਿਰ ਤੱਕ ਚਲ ਜਾਏਗਾ, ਡੀਜ਼ਲ ਦੁਪਹਿਰ ਤੱਕ ਚਲ ਜਾਏਗਾ, ਡੀਜ਼ਲ ਕੀ ਹੈ? 15,000 ਬੜਾ ਹੁਆ, ਡੀਜ਼ਲ 15,000, ਯਾਨੀ ਆਈ ਨਹੀਂ ਰਹੀ ਬਿਲਕੁਲ, ਸਪਲਾਈ ਬਿਲਕੁਲ ਨਹੀਂ ਆ ਰਹੀ, ਕਬ ਸੇ ਨਹੀਂ ਆ ਰਹੀ? ਇਹ ਸੰਡੇ ਕੇ ਨਹੀਂ, ਸੰਡੇ ਕੋ ਆਈ ਸੀ ਇੱਕ ਸਪਲਾਈ, ਇੱਕ ਗਾੜੀ ਖਾਲੀ ਆ ਗਈ, ਇੱਕ ਭਰੀ ਆ ਗਈ, 300 ਵਾਲੇ ਕਹਾਂ ਗਏ, ਯਾਨੀ ਜੀ ਬਿਲਕੁਲ ਨਹੀਂ ਆ ਰਹੀ ਸੰਡੇ ਕੇ ਬਾਅਦ ਸਪਲਾਈ? ਨਹੀਂ, ਸੰਡੇ ਕੇ ਬਾਅਦ ਨਹੀਂ ਆਈ। ਠੀਕ ਹੈ, ਤਾਂ ਚੰਡੀਗੜ੍ਹ ਕੇ ਔਰ ਵੀ ਪੈਟਰੋਲ ਪੰਪਸ ਵਗੈਰਾ ਵੀ ਮੈਨੂੰ ਲੱਗਦਾ ਖਾਲੀ ਹੋ ਗਏ ਲੱਗ ਪਾਜੀ। ਤੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਪੂਰਾ ਜਿਹੜੇ ਪੈਟਰੋਲ ਪੰਪਸ ਹੈ ਉਹ ਖਾਲੀ ਹੋ ਚੁੱਕੇ ਨੇ, ਹੁਣ ਦੁਪਹਿਰ ਤੱਕ ਹੀ ਸਪਲਾਈ ਇੱਥੇ ਬਚੀ ਹੋਈ ਹੈ, ਉਸ ਤੋਂ ਬਾਅਦ ਇੱਥੇ ਵੀ ਪੈਟਰੋਲ ਵੀ ਤੇ ਡੀਜ਼ਲ ਵੀ ਖਾਲੀ ਹੋ ਚੁੱਕੇ, ਯਾਨੀ ਕਿ ਲੋਕਾਂ ਨੂੰ ਦਿੱਕਤ ਜ਼ਰੂਰ ਹੈ, ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗ ਰਿਹਾ ਉੱਥੇ ਹੀ ਲੋਕ ਇੱਥੇ ਪਹੁੰਚ ਕੇ ਪੈਟਰੋਲ ਤੇ ਡੀਜ਼ਲ ਪਵਾਉਂਦੇ ਨਜ਼ਰ ਆ ਰਹੇ ਨੇ।